हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ 2023 ਦੇ ਵਿੱਚ ਜਿਹੜਾ ਪੇਪਰ ਆਇਆ ਸੀ ਉਹਦਾ ਗਣਿਤ ਦਾ ਪੇਪਰ ਆਪਾਂ ਸੋਲਵ ਕਰਦੇ ਪਏ ਹਾਂ ਠੀਕ ਹੈ ਤਾਂ ਹੁਣ ਬੇਟਾ ਆਪਾਂ 47 ਨੰਬਰ ਸਵਾਲ ਤੇ ਪਹੁੰਚ ਗਏ ਉਹ ਕਹਿੰਦਾ ਕੀ ਕਹਿੰਦਾ ਪਿਆ ਸਵਾਲ ਪੜ੍ਹੋ ਤੁਸੀਂ ਉੱਪਰ ਲਿਖਿਆ ਵੀ 5 ਸੈਂਟੀਮੀਟਰ ਨੂੰ ਕਿਲੋਮੀਟਰਾਂ ਦੇ ਵਿੱਚ ਕਿਵੇਂ ਲਿਖਾਂਗੇ ਠੀਕ ਹੈ ਤਾਂ ਬੇਟਾ ਆਪਾਂ ਪਹਿਲਾਂ 1 ਕਿਲੋਮੀਟਰ ਦੇ ਸੈਂਟੀਮੀਟਰ ਜਦੋਂ ਬਣਾਣੇ ਹੋਣਗੇ 1 ਕਿਲੋਮੀਟਰ ਬਰਾਬਰ ਕਿੰਨੇ ਸੈਂਟੀਮੀਟਰ 1 ਕਿਲੋਮੀਟਰ ਦੇ ਵਿੱਚ ਬੇਟਾ 1000 ਤਾਂ ਮੀਟਰ ਹੁੰਦੇ ਆ ਠੀਕ ਹੈ ਮੀਟਰ ਹੁੰਦੇ ਆ 1000 ਤੇ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਆ ਠੀਕ ਹੈ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਆ ਪਹਿਲਾਂ 1000 ਨਾਲ ਗੁਣਾ ਕਰਕੇ ਮੀਟਰ ਬਣਾ ਲੈ ਕਿਲੋਮੀਟਰ ਦੇ ਫਿਰ 100 ਨਾਲ ਗੁਣਾ ਕਰਕੇ ਸੈਂਟੀਮੀਟਰ ਬਣਾ ਲੈ ਤੇ ਇਹਦਾ ਮਤਲਬ 1 ਕਿਲੋਮੀਟਰ ਦੇ ਵਿੱਚ 1 ਕਿਲੋਮੀਟਰ ਬਰਾਬਰ 100000 ਦੇ ਨਾਲ 5 ਬਿੰਦੀਆਂ ਸੈਂਟੀਮੀਟਰ ਠੀਕ ਹੈ 1 ਕਿਲੋਮੀਟਰ ਦੇ ਵਿੱਚ ਇੰਨੇ ਸੈਂਟੀਮੀਟਰ ਹੁੰਦੇ ਆ ਠੀਕ ਹੈ ਤੇ ਬੇਟਾ ਇੱਥੇ ਫੇਰ ਹੁਣ ਤੁਸੀਂ ਅਨੁਪਾਤ ਵਾਲਾ ਫਾਰਮੂਲਾ ਲਾ ਲਓ ਕਿਲੋ ਕਿਲੋਮੀਟਰ ਸੈਂਟੀਮੀਟਰ ਕਿਲੋਮੀਟਰ ਸੈਂਟੀਮੀਟਰ ਠੀਕ ਹੈ ਤੁਹਾਨੂੰ ਅਨੁਪਾਤ ਵਾਲਾ ਆਪਾਂ ਪਹਿਲਾਂ ਵੀ ਕਿੰਨੇ ਸਵਾਲ ਕੀਤੇ ਆ 1 ਕਿਲੋਮੀਟਰ ਬਰਾਬਰ ਹੈ 1 100000 ਸੈਂਟੀਮੀਟਰ ਠੀਕ ਹੈ ਹੁਣ ਆਪਾਂ ਕਿਲੋਮੀਟਰ ਲੱਭਣੇ ਆ 5 ਸੈਂਟੀਮੀਟਰ ਦੇ ਵਿੱਚ 5 ਸੈਂਟੀਮੀਟਰ ਦੇ ਵਿੱਚ ਕਿੰਨੇ ਕਿਲੋਮੀਟਰ ਆਪਾਂ ਮੰਨ ਲਿਆ x ਕਿਲੋਮੀਟਰ ਹੁਣ ਆਪਾਂ ਬੇਟਾ ਇਹ ਕੱਢ ਲਵਾਂਗੇ ਸਵਾਲ ਇਹਦੇ ਵਿੱਚ ਤੁਹਾਨੂੰ ਦੱਸਿਆ ਸੀ ਪਹਿਲੇ ਤੇ ਚੌਥੇ ਦੀ ਗੁਣਾ ਦੂਜੇ ਤੇ ਤੀਜੇ ਦੀ ਗੁਣਾ ਇਹਦਾ ਮਤਲਬ ਏਕੇ ਦੇ ਨਾਲ ਜਦੋਂ ਆਪਾਂ ਬੇਟਾ ਪੰਜ ਬਿੰਦੀਆਂ 2 3 4 5 x ਬਰਾਬਰ 5 ਕਿਉਂਕਿ 1 5 5 ਹੀ ਹੁੰਦੇ ਆ ਠੀਕ ਹੈ ਤਾਂ x ਬਰਾਬਰ ਇਕੱਲਾ x ਬਰਾਬਰ 5 ਏਕੇ ਦੇ ਨਾਲ 1 2 3 4 ਤੇ 5 ਠੀਕ ਹੈ ਬੇਟਾ ਤਾਂ ਇਹ ਬੇਟਾ ਨਹੀਂ ਵੰਡਿਆ ਜਾਂਦਾ ਤਾਂ ਡੈਸੀਮਲ ਬੇਟਾ 1 2 3 4 5 5 ਹੱਥ ਐ ਨੂੰ ਚਲਾ ਜੂਗਾ ਇੱਕ ਤਾਂ 5 ਆ ਹੈਗਾ ਹੀ ਐ ਤੇ 4 ਬਿੰਦੀਆਂ 1 2 3 4 ਤੇ 5 ਠੀਕ ਹੈ ਬੇਟਾ ਤਾਂ ਇਹ ਇਹ ਜਿਹੜਾ ਹੈਗਾ 5 ਸੈਂਟੀਮੀਟਰ ਦੇ ਵਿੱਚ ਇੰਨੇ ਕਿਲੋਮੀਟਰ ਹੋਣਗੇ ਕਿਲੋਮੀਟਰ ਠੀਕ ਹੈ ਦਸ਼ਮਲਵ ਇੱਥੇ ਜ਼ੀਰੋ ਲਾਉਣੀ ਲਾ ਲੋ ਨਹੀਂ ਲਾਣਨਾ 0. 405 ਤਾਂ ਬੇਟਾ ਆਪਸ਼ਨ ਦੇ ਵਿੱਚ ਜਿਹੜਾ ਆਹ ਆਪਸ਼ਨ ਹੈਗੀ ਹੈ ਇਹਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 47 ਤੇ ਅਗਲਾ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਇਹ ਵੀਡੀਓ ਦੇਖ ਕੇ ਤੁਸੀਂ ਜੋ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ